ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ, ਔਰ ਬਹੁਤ ਚੰਗਾ ਲੱਗਿਆ। ਬਾਈ ਪ੍ਰਿਤਪਾਲ ਹੋਣਾ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇੱਥੇ, ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਅਹੁਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਚੰਗੇ। ਦੇਖੋ ਮੇਰਾ ਆਪਣਾ ਜੇ ਮੈਂ ਕਹਾਂ ਤਾਂ ਮੈਨੂੰ ਇਨਵਾਇਰਮੈਂਟ ਨਾਲ ਬਹੁਤ ਪਿਆਰ ਹੈ, ਮੈਂ ਵਾਤਾਵਰਨ 'ਤੇ ਕੰਮ ਕਰਨਾ ਚਾਹੂੰਗਾ। ਸਭ ਕਮੀ ਕੀ ਦੇਖੀ ਗਈ ਜੀ? ਦਰਖਤ ਬਹੁਤ ਘੱਟ ਨੇ ਜੀ, ਬਹੁਤ ਜਿਹੜਾ ਆਲਾ ਦੁਆਲਾ ਮੈਨੂੰ ਇਹ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ, ਅਤੇ ਮਤਲਬ ਪੂਰੀ ਕੌਂਸਟੀਚੁਐਂਸੀ ਦੇ ਵਿੱਚ ਹੈ ਨਾ, ਵੀ ਸਾਡੀ ਕੌਂਸਟੀਚੁਐਂਸੀ ਸਭ ਤੋਂ ਵੱਖਰੀ ਦਿਸੇ। ਇਸ ਤਰ੍ਹਾਂ ਚਿਹਰੇ ਹੁੰਦੇ ਆ, ਦੇਖੇ ਨੇ ਸਨੀ ਦਿਓਲ ਵਿੱਚੋਂ ਦੇਖਦੇ ਨੇ ਮੁੱਖ ਤੇ ਗੁਆਚੇ ਹੋਏ ਤੁਹਾਡਾ ਸਨੀ ਦਿਓਲ ਹੋਣੇ ਜੀ, ਉਹ ਤਾਂ ਬੰਬੇ ਵਾਲੇ ਨੇ, ਮੈਂ ਤਾਂ ਪੰਜਾਬ ਦਾ ਪੁੱਤ ਆ, ਮੇਰੇ ਇੱਥੇ ਨਾਨਕੇ, ਮੈਂ ਕਿੱਧਰ ਜਾਊਂਗਾ, ਮੈਂ ਤਾਂ ਇੱਥੇ ਹੀ ਰਹਿਣਾ। ਵੱਧ ਤੋਂ ਵੱਧ ਸ਼ੂਟਿੰਗ ਹੈ, ਸ਼ੂਟਿੰਗਾਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰ ਰਿਹਾ ਕਰਨੀ ਰੁਝਾਨ। ਨਹੀਂ ਨਹੀਂ ਕੋਈ ਐਸਾ ਗੱਲ ਨਹੀਂ, ਮੇਰੇ ਤਾਂ ਪਹਿਲਾਂ ਵੀ ਵਧੇ ਹੋਏ ਰੁਝਾਨ, ਤਾਂ ਹੀ ਤਾਂ ਮੈਂ ਆਇਆ ਇੱਧਰ ਉਹ ਰੁਝਾਨ ਛੱਡ ਕੇ। ਇਹ ਦੇਖੋ ਜੀ, ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇੱਥੋਂ ਦਾ ਦੋਹਤਾ ਇਸ ਕੌਂਸਟੀਚੁਐਂਸੀ ਦਾ, ਕਿ ਇਹ ਪਿਆਰ ਹੁੰਦਾ ਹੈ ਵੀ ਜਿਵੇਂ ਨਾਨੀਆਂ ਪਿਆਰ ਦਿੰਦੇ ਸੀ ਉਸ ਹਿਸਾਬ ਨਾਲ। ਉਮੀਦ ਕਿੰਨੀ ਜਿਤਾਈ ਜਾ ਰਹੀ ਹੈ ਜੀ ਇੱਧਰੋਂ ਦੇਖਦੇ ਤੇ ਚੱਲੇ? ਬਹੁਤ ਜ਼ਿਆਦਾ ਜੀ, ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ, ਚਾਹੇ ਬਾਈ ਹੁਣੀ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ, ਸਾਰਾ ਕੁਛ ਉਹਨਾਂ ਦੀ ਬਹੁਤ ਮਿਹਨਤ ਹੈ, ਅਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਨੂੰ। ਦੇਖੋ ਜੀ, ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ, ਅਜੇ ਤਾਂ 3 ਸਾਲ ਪਏ ਨੇ, ਅਜੇ ਤਾਂ 2 �ਸਾਲ ਹੀ ਹੋਏ ਨੇ, 3 ਸਾਲ ਅਜੇ ਬਹੁਤ ਕਰ ਦੇਣੇ। ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ, ਕਿਸ ਤਰ੍ਹਾਂ ਲੱਗਦਾ? ਤੇ ਉਹੀ ਗੱਲ ਹੈ ਜੀ, ਵੀ ਉਹ ਤਾਂ ਕਹਿੰਦੀਆਂ ਸੀ, ਪਰ ਹੈ ਕੌਣ ਉਹ ਤੁਹਾਨੂੰ ਭਲੀ ਭਾਂਤ ਜਾਣ ਪਤਾ। ਕੀ ਵਾਅਦਾ ਇੱਕ ਕੇਦਰਵਾਲਾ ਜਿਹੜਾ ਕਰਕੇ ਜਾਓ? ਹਾਂਜੀ, ਜਿਹੜਾ ਪੂਰਾ ਕਰਾਂਗੇ, ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ, ਜਿਹੜਾ ਪ੍ਰਾਇਓਰਟੀ ਤੇ ਹੋਊਗਾ ਉਹੀ ਕਰਾਂਗੇ। ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ, ਔਰ ਬਹੁਤ ਚੰਗਾ ਲੱਗਿਆ। ਬਾਈ ਪ੍ਰਿਤਪਾਲ ਹੋਣਾ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇੱਥੇ, ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਅਹੁਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਚੰਗੇ। ਦੇਖੋ ਮੇਰਾ ਆਪਣਾ ਜੇ ਮੈਂ ਕਹਾਂ ਤਾਂ ਮੈਨੂੰ ਇਨਵਾਇਰਮੈਂਟ ਨਾਲ ਬਹੁਤ ਪਿਆਰ ਹੈ, ਮੈਂ ਵਾਤਾਵਰਨ 'ਤੇ ਕੰਮ ਕਰਨਾ ਚਾਹੂੰਗਾ। ਸਭ ਕਮੀ ਕੀ ਦੇਖੀ ਗਈ ਜੀ? ਦਰਖਤ ਬਹੁਤ ਘੱਟ ਨੇ ਜੀ, ਬਹੁਤ ਜਿਹੜਾ ਆਲਾ ਦੁਆਲਾ ਮੈਨੂੰ ਇਹ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ, ਅਤੇ ਮਤਲਬ ਪੂਰੀ ਕੌਂਸਟੀਚੁਐਂਸੀ ਦੇ ਵਿੱਚ ਹੈ ਨਾ, ਵੀ ਸਾਡੀ ਕੌਂਸਟੀਚੁਐਂਸੀ ਸਭ ਤੋਂ ਵੱਖਰੀ ਦਿਸੇ। ਇਸ ਤਰ੍ਹਾਂ ਚਿਹਰੇ ਹੁੰਦੇ ਆ, ਦੇਖੇ ਨੇ ਸਨੀ ਦਿਓਲ ਵਿੱਚੋਂ ਦੇਖਦੇ ਨੇ ਮੁੱਖ ਤੇ ਗੁਆਚੇ ਹੋਏ ਤੁਹਾਡਾ ਸਨੀ ਦਿਓਲ ਹੋਣੇ ਜੀ, ਉਹ ਤਾਂ ਬੰਬੇ ਵਾਲੇ ਨੇ, ਮੈਂ ਤਾਂ ਪੰਜਾਬ ਦਾ ਪੁੱਤ ਆ, ਮੇਰੇ ਇੱਥੇ ਨਾਨਕੇ, ਮੈਂ ਕਿੱਧਰ ਜਾਊਂਗਾ, ਮੈਂ ਤਾਂ ਇੱਥੇ ਹੀ ਰਹਿਣਾ। ਵੱਧ ਤੋਂ ਵੱਧ ਸ਼ੂਟਿੰਗ ਹੈ, ਸ਼ੂਟਿੰਗਾਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰ ਰਿਹਾ ਕਰਨੀ ਰੁਝਾਨ। ਨਹੀਂ ਨਹੀਂ ਕੋਈ ਐਸਾ ਗੱਲ ਨਹੀਂ, ਮੇਰੇ ਤਾਂ ਪਹਿਲਾਂ ਵੀ ਵਧੇ ਹੋਏ ਰੁਝਾਨ, ਤਾਂ ਹੀ ਤਾਂ ਮੈਂ ਆਇਆ ਇੱਧਰ ਉਹ ਰੁਝਾਨ ਛੱਡ ਕੇ। ਇਹ ਦੇਖੋ ਜੀ, ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇੱਥੋਂ ਦਾ ਦੋਹਤਾ ਇਸ ਕੌਂਸਟੀਚੁਐਂਸੀ ਦਾ, ਕਿ ਇਹ ਪਿਆਰ ਹੁੰਦਾ ਹੈ ਵੀ ਜਿਵੇਂ ਨਾਨੀਆਂ ਪਿਆਰ ਦਿੰਦੇ ਸੀ ਉਸ ਹਿਸਾਬ ਨਾਲ। ਉਮੀਦ ਕਿੰਨੀ ਜਿਤਾਈ ਜਾ ਰਹੀ ਹੈ ਜੀ ਇੱਧਰੋਂ ਦੇਖਦੇ ਤੇ ਚੱਲੇ? ਬਹੁਤ ਜ਼ਿਆਦਾ ਜੀ, ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ, ਚਾਹੇ ਬਾਈ ਹੁਣੀ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ, ਸਾਰਾ ਕੁਛ ਉਹਨਾਂ ਦੀ ਬਹੁਤ ਮਿਹਨਤ ਹੈ, ਅਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਨੂੰ। ਦੇਖੋ ਜੀ, ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ,
ਅਜੇ ਤਾਂ 3 ਸਾਲ ਪਏ ਨੇ, ਅਜੇ ਤਾਂ 2 ਸਾਲ ਹੀ ਹੋਏ ਨੇ, 3 ਸਾਲ ਅਜੇ ਬਹੁਤ ਕਰ ਦੇਣੇ। ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ, ਕਿਸ ਤਰ੍ਹਾਂ ਲੱਗਦਾ? ਤੇ ਉਹੀ ਗੱਲ ਹੈ ਜੀ, ਵੀ ਉਹ ਤਾਂ ਕਹਿੰਦੀਆਂ ਸੀ, ਪਰ ਹੈ ਕੌਣ ਉਹ ਤੁਹਾਨੂੰ ਭਲੀ ਭਾਂਤ ਜਾਣ ਪਤਾ। ਕੀ ਵਾਅਦਾ ਇੱਕ ਗਿੱਦੜਵਾਲਾ ਜਿਹੜਾ ਕਰਕੇ ਜਾਓ? ਹਾਂਜੀ, ਜਿਹੜਾ ਪੂਰਾ ਕਰਾਂਗੇ, ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ, ਜਿਹੜਾ ਪ੍ਰਾਇਓਰਟੀ 'ਤੇ ਹੋਊਗਾ ਉਹੀ ਕਰਾਂਗੇ।